नमस्कार जी, न्यूज़ इंडिया टाइम के सारे दर्शकों दिखाइए कि अज असी आए हाँ किसान के समर्थन विच, जो इतों लोकल बॉडी के लोग किसान के हक के तीन काले कानूनों कैंसल करवाने के लिए इतने आए हुए हैं। इन्हां दी रूटीन है कि लगातार दो घंटे रोजाना इतने खड़े होकर लोगों को जागरूक करते हैं, नारे लगाते हैं, तख्तियां लेके खड़े होते हैं। एक इन्हां दा मेन नारा हैगा कि हॉर्न वजाओ तो साढ़े हक के वोट पाओ। सो जिहड़े भी इतों लोग लंघते हैं कारां ते स्कूटरां ते मोटरसाइकलों से, वह किसानों को समर्थन देने लई हॉर्न वजा के अपना समर्थन दसांदे ने, जो कि एक बहुत वधिया ते अनोखा जिहा असूल हैगा, अनोखा जिहा निशान हैगा, बहुत वधिया लगता है। सो आओ लैके चलदे आ उन्हां किसानां दे विच। हाँ जी बेटा जी, कितों आए हो तो की नाम है तुम्हारा जी? मेरा नाम हरजोत सिंह है, मैं फतेहगढ़ साहब तो आया। किनवी च पढ़ते हो तुसी? ਅਸੀਂ ਸੈਕਿੰਡ ਚ। ਸੈਕਿੰਡ ਚ ਕਿੰਨੀ ਉਮਰ ਹੈ ਤੁਹਾਡੀ? 6.5 ਸਾਲ ਦੇ ਜੀ। 6.5 ਸਾਲ ਦਾ ਜੀ। 6.5 ਸਾਲ ਦਾ ਜੀ। ਤਾਂ ਬੇਟਾ ਦੇਰੇ ਤੁਸੀਂ ਅੱਜ ਇਸ ਪ੍ਰਦਰਸ਼ਨ ਚ ਖੜੇ ਹੋ, ਮੋਦੀ ਹੋ ਕੇ ਤੁਸੀਂ ਬੋਲ ਰਹੇ ਹੋ ਬੜੇ ਜਜ਼ਬੇ ਦੇ ਨਾਲ, ਇਹ ਲਗਨ ਤੁਹਾਨੂੰ ਕਿੱਥੋਂ ਲੱਗੀ ਔਰ ਕੀ ਮਹਿਸੂਸ ਕਰਦੇ ਹੋ ਤੁਸੀਂ? ਵੀ ਅਸੀਂ ਧਰਨੇ ਚ ਆਏ ਆ। ਕਿਸ ਵਾਸਤੇ ਆਏ ਹੋ, ਕੀ ਮਕਸਦ ਹੈ ਤੁਹਾਡਾ? ਕਿਸਾਨਾਂ ਵਾਸਤੇ ਆਏ, ਕਾਲੇ ਕਾਨੂੰਨ ਰੱਦ ਕਰਾਉਣ ਵਾਸਤੇ ਆਏ। ਇਹ ਕਾਲੇ ਕਾਨੂੰਨਾਂ ਬਾਰੇ ਤੁਸੀਂ ਕੀ ਜਾਣਦੇ ਹੋ? ਇਹ ਕਿਸਾਨਾਂ ਦੇ ਮਾਰੂ ਨੇ? ਹਾਂਜੀ। ਇਸ ਵਾਸਤੇ ਖੜੇ ਹੋ ਵੀ ਤੁਸੀਂ ਕਿਸਾਨਾਂ ਦੇ ਮਾਰੂ ਨੇ ਕਾਨੂੰਨ? ਹਾਂਜੀ। ਤੇ ਕਿਹਦੇ ਖਿਲਾਫ ਮੁਜ਼ਾਹਰਾ ਕਰ ਰਹੇ ਹੋ ਤੁਸੀਂ? ਮੋਦੀ। ਠੀਕ ਹੈ। ਸਤਿ ਸ਼੍ਰੀ ਅਕਾਲ ਜੀ। ਸਰ ਸ਼ੇਰ ਸਿੰਘ ਜੀ, ਜਿਵੇਂ ਕਿ ਤੁਹਾਨੂੰ ਤਾਂ ਸ਼ਹਿਰ 'ਚ ਹਰ ਕੋਈ ਜਾਣਦਾ, ਤੁਸੀਂ ਬਹੁਤ ਵਾਰ MC ਪ੍ਰਧਾਨ ਵੀ ਰਹੇ ਹੋ ਤੇ ਵੈਸੇ ਵੀ ਸਮਾਜਿਕ ਸੋਸ਼ਲ ਕੰਮਾਂ 'ਚ ਤੁਸੀਂ ਅੱਗੇ ਰਹਿੰਦੇ ਹੋ, ਪਰ ਅੱਜ ਜਿਹੜਾ ਦੇਖ ਰਹੇ ਹਾਂ ਅਸੀਂ ਇੱਥੇ, ਅੱਜ ਤੁਸੀਂ ਕੁਝ ਹੋਰ ਹੀ ਕੰਮ ਦੇ ਨਾਲ ਖੜੇ ਹੋ, ਤੇ ਕੀ ਮਸਲਾ ਹੈਗਾ? ਇਹ ਸਾਡੀਆਂ ਨਸਲਾਂ ਦਾ ਮਸਲਾ ਹੈ, ਸਾਡੀਆਂ ਫਸਲਾਂ ਦਾ ਮਸਲਾ ਹੈ, ਸਾਡੀ ਅਣਖ ਦਾ ਮਸਲਾ ਹੈ, ਸਾਡੀ ਕਣਕ ਦਾ ਮਸਲਾ ਹੈ। ਮੋਦੀ ਸਰਕਾਰ ਨੇ ਬਹੁਤ ਘਨੌਣਾ ਕੰਮ ਕੀਤਾ ਕਰੋਨਾ ਮਹਾਮਾਰੀ ਦੇ ਦੌਰਾਨ, ਜਿੱਥੇ ਸਾਰਾ ਦੁਨੀਆ ਸਾਰੀ ਅੰਦਰ ਡੱਕੀ ਹੋਈ ਸੀ, ਆਪਣੇ ਆਪਣੇ ਘਰਾਂ 'ਚ ਬੈਠੀ ਸੀ। ਇਹਨਾਂ ਨੇ ਰਾਹੀਂ ਆਰਡੀਨੈਂਸ ਲਿਆ ਕੇ, ਜਿਹੜੇ ਕਾਲੇ ਕਾਨੂੰਨ ਖੇਤੀ ਦੇ ਖਿਲਾਫ ਲਿਆ ਕੇ, ਪੂੰਜੀਪਤੀਆਂ ਨੂੰ ਲਾਭ ਦੇਣ ਵਾਸਤੇ ਕਾਲੇ ਕਾਨੂੰਨ ਲਿਆਉਂਦੇ ਨੇ, ਉਹਨਾਂ ਦੇ ਖਿਲਾਫ ਪੂਰੇ ਭਾਰਤ ਨਹੀਂ ਬਲਕਿ ਵਿਸ਼ਵ ਭਰ ਦੇ ਵਿੱਚ ਰੋਸ ਹੈ। ਤੁਸੀਂ ਦੇਖ ਰਹੇ ਹੋ ਕਿ ਦਿੱਲੀ ਦੀਆਂ ਬਰੂਹਾਂ ਦੇ 8 ਮਹੀਨੇ ਹੋ ਗਏ ਕਿਸਾਨਾਂ ਨੂੰ ਬੈਠਿਆਂ ਨੂੰ, ਇੱਥੇ ਹੀ ਬਸ ਨਹੀਂ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਦੇ, ਸਾਰੀਆਂ ਸਟੇਟਾਂ ਦੇ ਵਿੱਚ, ਈਵਨ ਕਿ ਗਲੀ ਗਲੀ ਮੁਹੱਲੇ ਮੁਹੱਲੇ ਇਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ ਰੋਸ ਮੁਜ਼ਾਹਰੇ ਹੋ ਰਹੇ ਨੇ। ਉਸੇ ਕੜੀ ਦੇ ਤਹਿਤ ਇੱਥੇ ਫਤਿਹਗੜ੍ਹ ਸਾਹਿਬ ਦੀ ਜਿਹੜੀ ਲੋਕਲ ਸੰਗਤ ਹੈ, ਜਿਹੜੀ ਦਿੱਲੀ ਨਹੀਂ ਜਾ ਸਕਦੀ, ਉਹ ਸ਼ਾਮ ਨੂੰ 5:30 ਤੋਂ 7:30 ਤੱਕ ਤਕਰੀਬਨ 2 ਮਹੀਨੇ ਤੋਂ ਇੱਥੇ ਇਹ ਜੋਤੀ ਸਰੂਪ ਚੌਂਕ ਦੇ ਵਿੱਚ ਇਹ ਕਾਲੇ ਕਾਨੂੰਨਾਂ ਦੇ ਖਿਲਾਫ ਆਪਣਾ ਰੋਸ ਮੁਜ਼ਾਹਰਾ ਕਰ ਰਹੀ ਹੈ। ਜੀ ਤੁਸੀਂ ਕੀ ਮਹਿਸੂਸ ਕਰਦੇ ਹੋ, ਇੱਥੇ ਖੜੇ ਹੋਣ ਨਾਲ ਕੀ ਪ੍ਰਭਾਵ ਪਏਗਾ ਤੇ ਕਿੰਨਾ ਲੋਕਾਂ ਵਾਸਤੇ ਆਪਾਂ ਇੱਥੇ ਖੜੇ ਆ? ਬਿਲਕੁਲ, ਅਸੀਂ ਆਪਣੀਆਂ ਨਸਲਾਂ ਵਾਸਤੇ ਖੜੇ ਆ, ਅਸੀਂ ਆਪਣੀਆਂ ਜਿਹੜੇ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਵਾਸਤੇ ਖੜੇ ਆ। ਸਾਡੇ ਬਜ਼ੁਰਗ ਸ਼ਹੀਦ ਭਗਤ ਸਿੰਘ ਹੋਣੀ, ਊਧਮ ਸਿੰਘ ਹੋਣੀ, ਕਰਤਾਰ ਸਿੰਘ ਸਰਾਭੇ ਹੋਣੀ, ਉਹਨਾਂ ਨੇ ਲੜਾਈਆਂ ਲੜੀਆਂ ਸਾਡੇ ਵਾਸਤੇ, ਉਸ ਜਿਹੜੇ ਅੰਗਰੇਜ਼ਾਂ ਨੂੰ ਉਹਨਾਂ ਨੇ ਭਜਾਇਆ, ਉਸ ਆਜ਼ਾਦੀ ਦਾ ਅਸੀਂ ਨਿੱਘ ਮਾਣ ਰਹੇ ਹਾਂ। ਅਸੀਂ ਮਹਿਸੂਸ ਕਰਦੇ ਹਾਂ ਸਾਰੇ ਵੀ ਜੇ ਅੱਜ ਅਸੀਂ ਇਸ ਇਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ ਨਾ ਖੜੇ ਹੋਏ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਜਿਹੜਾ ਇਹ ਬਹੁਤ ਧੁੰਦਲਾ ਹੋ ਜਾਏਗਾ, ਨੁਕਸਾਨ ਹੋਏਗਾ। ਉਹ ਆਉਣ ਵਾਲੇ ਜਿਹੜੀਆਂ ਸਾਡੀਆਂ ਪੀੜ੍ਹੀਆਂ ਨੇ, ਉਹਨਾਂ ਦੇ ਭਵਿੱਖ ਨੂੰ ਲੈ ਕੇ ਸਾਰਾ ਸੰਸਾਰ ਚਿੰਤਤ ਹੈ, ਅਤੇ ਮੈਂ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਜਿਹੜਾ ਸਾਡਾ ਪ੍ਰਧਾਨ ਮੰਤਰੀ ਹੈ, ਉਹਨੂੰ ਦੁਨੀਆ ਬਣਾਇਆ ਲੋਕਾਂ ਨੇ, ਭਾਰਤ ਦੇ ਲੋਕਾਂ ਨੇ ਉਹਨੂੰ ਲੋਕਾਂ ਦੇ ਭਲੇ ਵਾਸਤੇ ਸੀ, ਲੇਕਿਨ ਉਹ ਅੰਨਾ ਬੋਲਾ ਗੂੰਗਾ ਹੋਇਆ ਬੈਠਾ ਹੈ, ਕਿਸੇ ਦੀ ਗੱਲ ਨਹੀਂ ਸੁਣ ਰਿਹਾ। ਕਿੱਡੀ ਬੇਸ਼ਰਮੀ ਦੀ ਗੱਲ ਹੈ ਕਿ ਸਾਰਾ ਦਿਨ ਝੂਠ ਬੋਲਦੇ ਨੇ। ਜਿਹੜੀ ਹਿੰਦੁਸਤਾਨ ਦਾ ਜਿਹੜਾ ਸਭ ਤੋਂ ਵੱਡਾ, ਮੈਂ ਸਮਝਦਾ ਵੀ ਗੁਰੂ ਘਰ ਕਹਿ ਲਈਏ, ਭਾਵੇਂ ਉਹਨੂੰ ਇਨਸਾਫ ਦਾ ਮੰਦਰ ਕਹਿ ਲਈਏ, ਪਾਰਲੀਮੈਂਟ ਦੇ ਵਿੱਚ ਬੈਠੇ ਝੂਠ ਬੋਲ ਰਹੇ ਨੇ। ਉਹ ਕਹਿ ਰਹੇ ਨੇ 600 ਕਿਸਾਨ ਜਿਹੜਾ ਸ਼ਹੀਦ ਹੋ ਗਿਆ ਇਸ ਮੋਰਚੇ 'ਚ, ਕਹਿੰਦੇ ਸਾਨੂੰ ਪਤਾ ਹੀ ਨਹੀਂ ਇਸ ਗੱਲ ਦੀ, ਸਾਨੂੰ ਕੋਈ ਜਾਣਕਾਰੀ ਹੋ ਨਹੀਂ, ਇੰਨਾ ਝੂਠ ਬੋਲਦੇ ਨੇ। ਆਹ ਪਿੱਛੇ ਕਰੋਨਾ ਮਹਾਮਾਰੀ ਦੇ ਵਿੱਚ ਹਜ਼ਾਰਾਂ ਨਹੀਂ ਲੱਖਾਂ ਬੰਦੇ ਆਕਸੀਜਨ ਦੀ ਘਾਟ ਨਾਲ ਮਰੇ ਨੇ, ਤੁਸੀਂ ਆਪ ਪੱਤਰਕਾਰ ਹੋ, ਤੁਸੀਂ ਦੇਖਦੇ ਰਹੇ ਹੋ ਵੀ ਕਿੰਨੇ ਕਿੰਨੇ ਹਸਪਤਾਲਾਂ ਦੇ ਵਿੱਚ
ਆਕਸੀਜਨ ਦੀ ਵਜ੍ਹਾ ਨਾਲ 20 20 30 50 50 ਬੰਦੇ ਇੱਕ ਇੱਕ ਹਸਪਤਾਲ ਦੇ ਵਿੱਚ ਡੈਥ ਹੁੰਦੀ ਰਹੀ ਹੈ। ਐਡੇ ਬੇਸ਼ਰਮ ਲੋਕ ਨੇ ਪਾਰਲੀਮੈਂਟ ਬਹਿ ਕੇ ਝੂਠ ਬੋਲਦੇ ਨੇ, ਕਹਿੰਦੇ ਆਕਸੀਜਨ ਦੀ ਅੱਜ ਤੱਕ ਕਮੀ ਨਹੀਂ ਆਈ। ਸੋ ਤੁਸੀਂ ਜਿਵੇਂ ਕਿ ਹੁਣ ਤੁਹਾਡੀ ਗੱਲ ਅਧੂਰੀ ਹੈ, ਵੈਸੇ ਤਾਂ ਇਹ ਗੱਲ ਬਹੁਤ ਲੰਬੀ ਹੈ ਕਿਉਂਕਿ ਤੁਸੀਂ ਮੈਨੂੰ ਪਤਾ ਬੁਲਾ ਰਹੇ ਹੋ ਵਧੀਆ, ਤੁਸੀਂ 2 ਘੰਟੇ ਵੀ ਬੋਲੋਗੇ ਗੱਲ ਖਤਮ ਨਹੀਂ ਹੋਏਗੀ, ਪਰ ਇੰਨਾ ਟਾਈਮ ਸਾਡੇ ਕੋਲ ਵੀ ਨਹੀਂ ਹੁੰਦਾ। ਸੋ ਆਪਾਂ ਮੁੱਦੇ ਤੇ ਆਈਏ ਤੇ ਹੁਣ ਤੁਸੀਂ 2022 ਦੀਆਂ ਇਲੈਕਸ਼ਨਾਂ 'ਚ ਕੀ ਦੇਖਦੇ ਹੋ, ਕੀ ਅਸਰ ਦਿਖ ਰਹੇ ਨੇ ਤੁਹਾਨੂੰ? ਬਿਲਕੁਲ ਭੁੰਜੇ ਲਾ ਦਾਂਗੇ। ਜਿਸ ਤਰ੍ਹਾਂ ਅੱਜ ਤੋਂ 10 ਸਾਲ ਪਹਿਲਾਂ ਇੱਕ ਨਾਰਾ ਚੱਲਿਆ ਸੀ ਪੂਰੇ ਭਾਰਤ ਦੇ ਵਿੱਚ, ਕਾਂਗਰਸ ਮੁਕਤ ਭਾਰਤ, ਅੱਜ ਗਲੀ ਗਲੀ ਦੇ ਵਿੱਚ ਮੁਹੱਲੇ ਮੁਹੱਲੇ 'ਚ ਆਵਾਜ਼ ਆ ਰਹੀ ਹੈ ਬੀਜੇਪੀ ਮੁਕਤ ਭਾਰਤ। ਅਸੀਂ ਬੀਜੇਪੀ ਮੁਕਤ ਭਾਰਤ ਕਰਕੇ ਦਮ ਲਵਾਂਗੇ, ਉਦੋਂ ਤੱਕ ਅਸੀਂ ਬੈਠਾਂਗੇ ਨਹੀਂ ਜਦੋਂ ਤੱਕ ਬੀਜੇਪੀ ਦਾ ਮਲੀਆ ਮੇਟ ਨਹੀਂ ਕਰਦਾਂਗੇ, ਬੀਜੇਪੀ ਦਾ ਨਾਮੋ ਨਿਸ਼ਾਨ ਨਹੀਂ ਮਿਟਾਦਾਂਗੇ। ਧੰਨਵਾਦ। ਅੱਜ ਇੱਥੇ ਸੜਕ ਤੇ ਤੁਸੀਂ ਝੰਡੀਆਂ ਲਈ ਖੜੇ ਹੋ, ਇਹਦਾ ਕੀ ਮਕਸਦ ਹੈ? ਇੱਥੇ ਖੜੇ ਹੋਣ ਨਾਲ ਤੁਹਾਨੂੰ ਕੀ ਲੱਗਦਾ, ਕੀ ਫਾਇਦਾ ਹੋਏਗਾ? ਸਤਿ ਸ਼੍ਰੀ ਅਕਾਲ ਜੀ ਸਾਰੀ ਸੰਗਤ ਨੂੰ, ਤੁਹਾਨੂੰ ਵੀ। ਸਾਡਾ ਮਕਸਦ ਕੀ ਹੈ, ਜੋ ਲੋਕ ਦਿੱਲੀ ਨਹੀਂ ਜਾ ਸਕਦੀ ਸੰਗਤ, ਉਹਨਾਂ ਨੂੰ ਜਾਗਰੂਕ ਕਰਨਾ। ਇੱਥੇ ਲੰਘਣ ਵਾਲੇ ਜੋ ਵੀ ਰਾਹਗੀਰ ਸਕੂਟਰ ਮੋਟਰਸਾਈਕਲ ਕਾਰ ਬੱਸ 'ਤੇ ਜਾਂਦੇ ਆ, ਉਹ ਹਾਰਨ ਵਜਾ ਕੇ ਜਾਂਦੇ ਆ, ਸਾਡੇ ਮਨ ਨੂੰ ਸਕੂਨ ਮਿਲਦਾ ਵੀ ਲੋਕੀ ਇਸ ਚੀਜ਼ ਦਾ। ਕਮਿਸ਼ਨ ਦਾ ਇਹ ਹੈ ਕਿ ਜਿਹੜਾ ਵੀ ਹਾਰਨ ਵਜਾ ਕੇ ਲੰਘਦਾ ਉਹਦਾ ਮਕਸਦ ਇਹ ਸਮਝਿਆ ਜਾਂਦਾ ਕਿ ਉਹ ਸਾਨੂੰ ਸਮਰਥਨ ਦੇ ਰਿਹਾ, ਸਾਨੂੰ ਸਮਰਥਨ ਦੇ ਰਿਹਾ, ਬਿਲਕੁਲ ਅੰਦਰੋਂ ਦਿਲੋਂ ਸਮਰਥਨ ਦੇ ਰਿਹਾ, ਸਾਨੂੰ ਹੌਸਲਾ ਮਿਲਦਾ। ਹੁਣੇ ਹੁਣੇ 10 ਮਿੰਟ ਪਹਿਲਾਂ ਇੱਕ ਬਾਬੂ ਜੀ ਸਾਨੂੰ 5000 ਰੁਪਇਆ ਵੀ ਮਾਲੀ ਮਦਦ ਦੇ ਕੇ ਗਏ ਆ। ਸੋ ਅੰਦਰੋਂ ਗੱਤੀ ਲੋਕ ਮੋਦੀ ਸਰਕਾਰ ਤੋਂ ਕਿਹਾ ਇਸ ਗੁੰਡੇ ਰਾਜ ਤੋਂ ਦੁਖੀ ਨੇ ਬਹੁਤ ਜੀ। ਸਾਨੂੰ ਕਿੰਨੇ ਟਾਈਮ ਤੋਂ ਇੱਥੇ ਖੜੇ ਹੋ ਰਹੇ ਹੋ? ਲਗਭਗ 2 ਮਹੀਨੇ ਹੋ ਗਏ ਜੀ, ਹਰ ਰੋਜ਼ 2 ਘੰਟੇ ਸ਼ਾਮ ਟਾਈਮ ਲਾਉਂਦੇ ਹਾਂ, 5:30 ਤੋਂ 7:30 ਤੱਕ, ਜਿਹਦੇ ਵਿੱਚ ਛੋਟੇ ਛੋਟੇ ਬੱਚੇ ਵੀ ਨੇ, ਬਜ਼ੁਰਗ ਵੀ ਨੇ, ਨੌਜਵਾਨ ਵੀ ਨੇ। ਆਹ ਛੋਟਾ ਬੱਚਾ ਸਾਨੂੰ ਜੋ ਸ਼ਹੀਦ ਇੱਥੇ ਬਾਬਾ ਜੀ, ਅਸੀਂ ਦਿੱਲੀ ਦੇ ਮੋਰਚੇ ਵਿੱਚ ਦੇਖਦੇ ਹਾਂ, ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਵੀ ਸਾਡੇ ਸਾਥ ਨੇ, ਪਰ ਇੱਥੇ ਇੱਕ ਵੀ ਮਹਿਲਾ ਨਜ਼ਰ ਨਹੀਂ ਆ ਰਹੀ। ਸ਼ਾਮ ਦਾ ਟਾਈਮ ਹੈ, ਕੋਈ ਰੋਟੀ ਬਣੀ ਬਣਾਉਣ, ਬੱਚੇ ਵੀ ਸਾਂਭਣੇ ਨੇ, ਪਰਿਵਾਰ ਵੀ ਸਾਂਭਣਾ, ਇਸ ਤਰ੍ਹਾਂ ਕਰਕੇ ਸਾਡੇ ਨਾਲ ਨੇ ਆਉਂਦੀਆਂ ਨੇ ਜੀ। ਅੱਜ ਨਹੀਂ, ਚਲੋ ਬਹੁਤ ਕੁਛ ਦੇਖਣਾ ਪੈਂਦਾ, ਘਰ ਪਰਿਵਾਰ ਵੀ ਸਾਂਭਣਾ ਪੈਂਦਾ, ਇੱਥੇ ਵੀ ਆਉਂਦੀਆਂ ਨੇ। ਤੁਹਾਨੂੰ ਮੋਦੀ ਵਾਲਾ ਕੰਮ ਤਾਂ ਹੈ ਨਹੀਂ ਵੀ ਉਹਦੇ ਕੋਲ ਮਹਿਲਾ ਨਹੀਂ ਹੈਗੀ, ਉਹ ਸਾਡੇ ਨੇ, ਉਹਨਾਂ ਵੀ ਘਰ ਸਾਂਭਣਾ ਅਤੇ ਬਾਹਰਲਾ ਮਸਲ ਵੀ ਸਾਂਭਣਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਹਰੀ ਪੱਗ ਬੰਨ੍ਹੀ ਹੈ, ਹਰਾ ਪਰਨਾ ਪਾਇਆ, ਅਤੇ ਦੂਰੋਂ ਹੀ ਦੇਖਣ ਵਾਲੇ ਨੂੰ ਮਹਿਸੂਸ ਹੁੰਦਾ ਕਿ ਕਿਸਾਨ ਭਰਾ ਨੇ ਸਾਡੇ, ਕਿਸਾਨ ਲਾਗੂ ਨੇ। ਸੋ ਅੱਜ ਜਿਹੜਾ ਆਪਾਂ ਇੱਥੇ ਖੜੇ ਹਾਂ ਟੀ ਪੁਆਇੰਟ ਦੇ ਜੋਤੀ ਸਰੂਪ ਮੋੜਾਂ ਦੇ ਉੱਤੇ, ਉਹਦਾ ਆਪਣਾ ਕੀ ਮਕਸਦ ਹੈ ਅਤੇ ਇਸ ਤੋਂ ਤੁਸੀਂ ਕੀ ਲਾਭ ਸਮਝਦੇ ਹੋ ਵੀ ਆਪਾਂ ਨੂੰ ਹੋਏਗਾ ਸਰਕਾਰਾਂ 'ਤੇ, ਇਹਦਾ ਕੀ ਅਸਰ ਪੈਣ ਵਾਲਾ? ਐਕਚੁਲੀ ਸਾਨੂੰ 8 ਮਹੀਨੇ ਹੋ ਗਏ ਜੀ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਬੈਠੇ ਜੀ, ਜਿਹੜੇ 3 ਕਾਲੇ ਕਾਨੂੰਨ ਨੇ ਉਹਨਾਂ ਨੂੰ ਰਿਪੀਲ ਕਰਾਉਣ ਦੇ ਲਈ, ਅਤੇ ਜਿਹੜੇ ਬਿਜਲੀ ਬਿੱਲ ਆ 2020 ਅਤੇ ਪਰਾਲੀ ਬਿੱਲ, ਇਹਨੂੰ ਖਤਮ ਕਰਾਉਣ ਦੇ ਲਈ ਜੀ, ਅਤੇ ਇਹ ਸਾਡੀ ਜਦੋਜਹਿਦ ਉੱਥੇ ਚੱਲ ਰਹੀ ਸੀਗੀ। ਅਤੇ ਇੱਥੇ ਅਸੀਂ ਖੜਨ ਦਾ, ਇੱਕ ਤਾਂ ਅਸੀਂ ਇੱਥੇ ਦਾ ਜਿਹੜਾ ਲੋਕਲ ਪ੍ਰਸ਼ਾਸਨ ਆ ਜਾਂ ਹੋਰ ਉਹਨਾਂ ਦੇ ਤੱਕ ਆਵਾਜ਼ ਪਹੁੰਚਾਉਂਦੇ ਹਾਂ, ਦੂਜਾ ਇੱਥੇ ਖੜਨ ਦਾ ਸਾਡਾ ਸਭ ਤੋਂ ਵੱਡਾ ਮਕਸਦ ਆ। ਇੱਥੇ ਤੁਸੀਂ ਬੋਰਡ ਦੇਖ ਕੇ ਹੋਣੇ ਵੀ ਜ਼ਮੀਰਾਂ ਵਾਲੇ ਉਹ ਦਿੱਲੀ ਚੱਲੋ, ਅਸੀਂ ਲੋਕਾਂ ਨੂੰ ਇੱਥੋਂ ਲਾਮਬੰਦ ਕਰਦੇ ਹਾਂ ਵੀ ਸਾਨੂੰ ਦਿੱਲੀ ਮੋਰਚੇ 'ਚ ਸ਼ਾਮਲ ਹੋਣਾ ਚਾਹੀਦਾ ਵੱਧ ਤੋਂ ਵੱਧ, ਔਰ ਇੱਥੇ ਖੜਨ ਇੱਕ ਸਾਡਾ ਇੱਕ ਇੱਦਾਂ ਦਾ ਇੱਕ ਗਰੁੱਪ ਬਣ ਗਿਆ, ਇੱਕ ਅਸੀਂ ਇੱਦਾਂ ਦਾ ਸੰਗਠਨ ਇੱਥੇ ਵੀ ਸਾਡਾ ਬਣ ਗਿਆ, ਜਿੱਦਾਂ ਕਿਸਾਨ ਯੂਨੀਅਨ ਉੱਥੇ ਬਣੇ ਹੋਏ ਨੇ ਵੀ ਅਸੀਂ ਜਿਵੇਂ ਕੋਈ ਪ੍ਰੋਗਰਾਮ ਹੁੰਦਾ, ਜਿੱਦਾਂ ਹੁਣ ਅਸੀਂ 26 ਜੂਨ ਨੂੰ ਚੰਡੀਗੜ੍ਹ ਜਾਣਾ ਸੀ, ਇੱਕ ਇੱਥੋਂ ਵੱਡਾ ਜਥਾ ਸੀ ਇਸੇ ਸੰਗਤ 'ਚੋਂ ਲੈ ਕੇ ਜਾਣ ਲਈ, ਅਸੀਂ ਸਫਲ ਹੋਏ ਹਾਂ ਜੀ ਉੱਥੇ ਚੰਡੀਗੜ੍ਹ ਵੀ ਲੈ ਕੇ ਜਾਣ ਵਾਸਤੇ। ਹਾਂਜੀ, ਮੇਰਾ ਨਾਮ ਹੈ ਸਤਵੀਰ ਸਿੰਘ ਗੜੇੜਾ ਜੀ, ਮੈਂ ਬਲਾਕ ਪ੍ਰਧਾਨ ਹਾਂ BKU ਕਾਦੀਆਂ ਦਾ ਸਰਹੰਦ ਦੇ ਉੱਤੋਂ। ਅੱਛਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਭੁਪਿੰਦਰ ਸਿੰਘ, ਮਾਨੂਪੁਰ BKU ਕਾਦੀਆਂ, ਬਲਾਕ ਪ੍ਰਧਾਨ ਖੇੜਾ। ਅਸੀਂ ਇੱਥੇ ਤਕਰੀਬਨ ਸਾਨੂੰ 16 ਤਰੀਕ ਨੂੰ 2 ਮਹੀਨੇ ਹੋ ਜਾਣਾ ਖੜਦਿਆਂ ਨੂੰ, ਅਤੇ ਅਸੀਂ ਲੋਕਾਂ ਨੂੰ ਇੱਥੇ ਜਾਗਰੂਕ ਕਰਦੇ ਹਾਂ ਭਾਈ ਦਿੱਲੀ ਪਹੁੰਚੋ। ਸਾਡੇ 26 ਤਰੀਕ ਨੂੰ 8 ਮਹੀਨੇ ਪੂਰੇ ਹੋ ਗਏ ਦਿੱਲੀ ਜੀ, ਅਤੇ ਹੁਣ 9ਵਾਂ ਮਹੀਨਾ ਚੱਲਦਾ, ਅਤੇ ਅਸੀਂ ਵੱਧ ਤੋਂ ਵੱਧ ਉੱਥੇ ਸੰਗਤਾਂ ਨੂੰ ਭੇਜਦੇ ਹਾਂ। ਇੱਥੋਂ ਵੀ ਸਾਡਾ ਜਥਾ ਇੱਕ ਆ ਜਾਂਦਾ, ਇੱਕ ਚਲੇ ਜਾਂਦਾ, ਜਿੰਨੇ ਬੰਦੇ ਇੱਥੇ ਖੜਦੇ ਆ। ਸਾਡਾ ਇਹ ਰੈਗੂਲਰ ਬਣ ਗਿਆ ਕੰਮ, ਇੱਥੇ ਖੜ੍ਹਨ ਨਾਲ ਸਾਨੂੰ ਫਾਇਦਾ ਹੋਇਆ ਕੁਛ ਵੀ, ਸਾਡੇ ਜਥੇ ਤੁਰਨ ਲੱਗ ਗਏ ਦਿੱਲੀ ਨੂੰ ਜੀ, ਜਿਹੜੇ ਬੰਦੇ ਨਹੀਂ ਵੀ ਜਾਂਦੇ ਉਹ ਵੀ ਸਾਡੇ ਨਾਲ ਤਿਆਰ ਹੋ ਗਏ ਜਾਣ ਵਾਸਤੇ, ਅਤੇ ਬਾਕੀ ਜਿਹੜੇ ਬੰਦੇ ਦਿੱਲੀ ਨਹੀਂ ਜਾ ਸਕਦੇ ਲੋਕਲ ਆਦਮੀ ਆ, ਉਹਨਾਂ 'ਚ ਵੀ ਜਾਗਰੂਕਤਾ ਹੁੰਦੀ ਆ। ਹਾਂਜੀ, ਹੁੰਦੀ ਆ। ਜਿਹੜੇ ਬਜ਼ੁਰਗ ਸਿਆਣੇ ਬਜ਼ੁਰਗਾਂ ਨਹੀਂ ਜਾ ਸਕਦੇ ਉਹ ਇੱਥੇ ਆ ਕੇ ਹਾਜ਼ਰੀ ਭਰਦੇ ਆ, ਅਤੇ ਵਧੀਆ ਲੋਕਾਂ ਨੂੰ ਉਤਸ਼ਾਹ ਮਿਲਦਾ ਵੀ ਹਾਂ ਇੱਥੇ ਵਧੀਆ ਇਕੱਠ ਹੋ ਰਿਹਾ। ਅਤੇ ਬਾਕੀ ਹੁਣ ਇੱਥੇ ਦਿੱਲੀ ਅਸੀਂ ਜਾ ਰਹੇ ਹਾਂ ਵੀ ਸੰਸਦ ਵੀ ਲਾ ਰਹੇ ਹਾਂ, 200 ਬੰਦਾ ਸਾਡਾ ਡੇਲੀ ਸੰਸਦ ਦੇ ਬਰਾਬਰ, ਉਸੇ ਤਰ੍ਹਾਂ ਜਿੱਦਾਂ ਸੰਸਦ ਸਰਕਾਰ ਲਾਉਂਦੀ ਆ ਉਸ ਤਰ੍ਹਾਂ ਸਾਡਾ ਵੀ ਕਿਸਾਨਾਂ ਦਾ ਸੰਸਦ ਲੱਗਦਾ ਹੈ, ਅਤੇ ਕਾਨੂੰਨਾਂ ਬਾਰੇ ਵਿਚਾਰਾਂ ਹੁੰਦੀਆਂ ਅਤੇ ਮੁੱਦਿਆਂ ਦੀਆਂ ਗੱਲਾਂ ਵਿਚਾਰਾਂ ਹੁੰਦੀਆਂ ਸਾਰੀਆਂ। ਇੱਕ ਜਿਹੜੇ 2 ਸੰਸਦ ਉੱਥੇ ਸੰਸਦ ਭਵਨ ਦੇ ਵਿੱਚ ਪਰਸੋਂ ਤੋਂ ਧਰਨੇ 'ਤੇ ਬੈਠੇ ਨੇ, ਉਸ ਨੂੰ ਤੁਸੀਂ ਕੀ ਸਮਝਦੇ ਹੋ ਵੀ ਕੀ ਉਹ ਵਾਕਈ ਤੁਹਾਡੇ ਹੱਕ 'ਚ ਨੇ ਜਾਂ ਇੱਕ ਕੋਈ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ? ਕਿਹੜੇ 2 ਬੈਠੇ ਜੀ?
देखो भी यही गल कहते किसान मुद्दे हल हो गल हो चाहे भी यही सा मतलब संसद लाने का जेडे असी पहला 16 तरीक मोरमंड दते गवर्नमेंट इन्हों एम पी अपन यही एम पी मोरमंड दते भी उत्थे जाके तुम सरकार का विरोध करो जो नहीं विरोध करते तो असं उन्होंने इतने विरोध करा सत्कार करते हो की करते उन्होंने वास्ते कोई जिक्र करो भी तुहाड़ी जी संस्था है वह की चाहती है कि ठीक है या किवें भी साडे हिसाब नाल चलो ठीक बैठे आ वह भी कानून रद्द कराने वास्ते ही बैठे आ सानू तो सिर्फ तो सिर्फ साड़ी कोई सियासत नहीं किसानों की कोई असं इलैक्शन नहीं खड़ना किसी ने कहते हैं कि कांग्रेस की चाल है वो बारे तुम की चलो हरेक बंदा अपनी वोटा खातर खड़ा ही खड़ता है हरेक बंदा अपना करता चंगे नहीं कर रहे हैं साडे वास्ते कर रहे हैं असं कहने भी साडे काले कानून रद्द हो जाए जिहड़ा मर्जी साडे नाल आके साथ दे चाहे भाजपा के एम पी भी साडे नाल आ जाण वह भी बोलन भी कानून किसान रद्द असीं उन्हां भी सत्कार करांगे जिहड़े बंदे साडे नाल हक च होणगे चाहे भाजपा के एम पी होण और साडे नाल आउण चाहे भाजपा के एम एल ए होण पंजाब के लीडर होण लोकल बॉडी ने होण अज के हालात नूं गल करिए भाजपा लीडर तां किसानां दे मूहरे आंदा ही नहीं हैगा नहीं देखो आया जोशी साहब आया उन्होंने सानूं सत्कार असीं उन्हां सत्कार करदे आ उन्होंने भाजपा ने सस्पेंड करिया असं उन्होंने सत्कार करते भी जो किसानों के हक च बोलूगा चाहे जोड़ा मर्जी हो सत्कार करा धनबाद जथेबंदी के नाल मोढ़े नाल मोढ़ा मिला के चलते हो जगह जगह पर जिते असं देखते हैं कोई भी धरना होंगे कोई भी अजिहा होंगे तुम उच दौ तो जोड़ा इतने तुम खड़े हो यदा की मकसद है ये कुछ अलग जहा है लोग जाते हैं हॉर्न मार के तुम समर्थन देंगे ने तो ये सोच की हैगी किमें इतने खड़े हो गल इस तरह जी साडे किसान यूनियन जोड़ा धरना है उन्होंने लगभग अज 8-9 महीने हो गए असं हर उपराला करते हैं भी जी केंद्र की सुती हुई सरकार है उन्होंने किस तरह जगाया जाए बहुत सारे साडे साथी ने जोड़े दिल्ली बार्डर से बैठे ने बहुत सारे साडे साथी चाहे चंडीगढ़ हो चाहे मोहाली होवे होर जिन्हें भी साडे बड़े बड़े शहर ने मैं अज इतिहासक जिला फतेहगढ़ साहब के ज्योति सरूप मोड़ते खड़ा इतने भी साडे जोड़े किसान भरा ने वो सुती हुई जिहड़ी बीजेपी की सरकार है केंद्र की सरकार है उन्होंने जगाउण दे लई तरह तरह के उपराले कर रहे हैं ता कि जिहड़ा किसान है जिहड़ा कि हर पक्ष तो लुट्टिया जा रहा है कुट्टिया जा रहा है उस दे असी हक्कां नूं किवें बचाईए यह एक बहुत वधिया उपराला मेरे नाल दे सारे ही किसान वीर दोस्त कर रहे हैं ता कि जिहड़ा किसानां दा असली हक है तिन्ने काले कानून ने वो रद्द होण ते किसानां दा जिहड़ा एम एस पी का मुल है वह मिल सके सो मैं तुहाडे माध्यम राही साढ़े जिन्हें भी किसान वीर जां होर भैन भरा ने उन्हां नूं भी बेनती करना चाहुंदा जिस तरह का भी तुसीं इस केंद्र सरकार के विरुद्ध कोई भी उपराला कर सकते हो जरूर करो जेकर तुसीं दिल्ली नहीं जा सकते तो अपने शहरां दे विच वक्खो वक्खरे मोड़ां ते खड़ के भी तुसीं अपना रोस प्रदर्शन करके वो दिल्ली सरकार जिहड़ी सुती पई है उन्हूं जगा सकते हो धन्नवाद सत श्री अकाल जी भैन जी असीं देख रहे हैं कि जिवें दिल्ली दे विच बहुत सारियां महिलावां किसानां नूं समर्थन दे रहियां ने उन्हां दा साथ दे रहियां ने तुसीं भी इत्थे इसे सिलसिले दे विच पहुंचो ते की नाम है तुहाडा ते कित्थों आए हो तुसीं मैं अमृतसर तो ही रणजीत कौर मेरा नाम आ मैं इस करके बोल रही हाँ कि वेखो सरदारां दे नाल क्यों जुल्म हो रहा इन्ना दिल्ली में जुल्म होया वो भी जुल्म बहुत ज़्यादा होया है की कुछ किया अज तक जनानी माँ नहीं बन सकी जिथे उन्होंने वैर विरोध किए साढ़े ना किन्ने जुल्म किए हूँ जे हूँ साढ़े अद्धे सरदार मर गए ठंड नाल अद्धे गर्मी ना मर रहे क्यों नहीं हक दिता जा रहा इन्हों सरदारां नाल क्यों दुश्मनी करते आए इन्नी दुश्मनी करते जेड़ा कोई हिसाब नहीं ये सरदारा ने की जाती है होर कोई नहीं गा जो अपना हक मंग रहे हैं सरदार उन्होंने देना चाहिए जेड़ा खड़े हैं वो किस मत दे विच खड़े हैं आपां उहदे वास्ते की मंगा हैगी है साडी साडियां मंगा इहो ही है कि जेड़ा काला कानून वा वो वापस लैन ते सिक्खां नूं अपना हक दिता जावे बस हाँ जी